ਕੋਰੋਨਾ ਕਾਲ ਦੇ ਵਿੱਚ ਭਾਰਤ ਦੀ ਮਦਦ ਲਈ ਬ੍ਰਿਟੇਨ ਅੱਗੇ ਆਇਆ। ਬ੍ਰਿਟਿਸ਼ ਹਾਈ ਕਮਿਸ਼ਨਰ ਐਲੈਕਸ ਐਲਿਸ ਨੇ ਕਿਹਾ ਕਿ ਬ੍ਰਿਟੇਨ ਵੱਲੋਂ ਭਾਰਤ ਲਈ 1000 ਤੋਂ ਵੱਧ ਵੈਂਟੀਲੇਟਰ ਭੇਜੇ ਜਾਣਗੇ। ਖਾਸ ਗੱਲ ਇਹ ਹੈ ਕਿ ਉਹਨਾਂ ਨੇ ਇਹ ਬਿਆਨ ਹਿੰਦੀ ਵਿੱਚ ਦਿੱਤਾ। ਆਓ ਤੁਹਾਨੂੰ ਸੁਣਾਉਂਦੇ ਹਾਂ ਕੀ ਕਹਿਣਾ ਉਹਨਾਂ ਦਾ। ਨਮਸਕਾਰ। ਕੋਵਿਡ ਕੋ ਹਰਾਨੇ ਕੇ ਇਸ ਜੰਗ ਮੇ ਯੂਕੇ ਭਾਰਤ ਕੇ ਸਾਥ ਡਟ ਕੇ ਖੜਾ ਹੈ। ਵੈਂਟੀਲੇਟਰਸ, ਆਕਸੀਜਨ ਕੌਨਸਨਟ੍ਰੇਟਰਸ, ऑक्सीजन मैन्युफैक्चरिंग मशीन्स यूके से भारत आ रहे हैं। चीफ साइंटिफिक एडवाइजर, चीफ मेडिकल ऑफिसर और NHS स्टाफ भारत के डॉक्टर्स के साथ अपना सुझाव बांट रहे हैं। जैसे भारत ने पिछले साल यूके की मदद की, अब यूके की बारी